चज का ट्रैक्टर लिया ताजा जो आप ही कम करना है। इथो सुन के उठे करनी आदत लेके बह जांदी पर रब याद नहीं रहिंदा नहीं बैठे नाच गया आराम ते और रब पा दी दवाई दुई दवाई पा दे यार चज ना हला ले करे नु हलाई है दवाई ते मार के अच्छा चाहता मंगाला क्या मंगाउने आ करदे आपा फोन असल ता ओनाली होना होना जवा शरीर टूटी जांदा यार ओए यार एक टोली पा पा तू ते जे ना आया ता मैं आप लेऊंगा जाके यार ओना ते भी पता किथे फिरदे नु किथे हो जे चल तेरी मर्जी है फिर फोन कर दे तू नु फोन कर देना फोन ते नकली दवाइयां फसलां मका दियां जांदी नशे च नसल साडी क्या ले गई चलती यार तो क्या दिन है कि वो आ गया यार बढ़िया हो गया तेरे का क्या यार घंटा हो गया वो अगर आप फिर क्या ले रहे क्या ले रहे हो यार तूने बोलिया पता है क्या अपने अंदर हैं पहला सौ तो अंतर है लेने की वो एक बार केड़ी बैठी से पहले ओना गल्ला मार लग गई दिया मैं आप आ के लिया बना के गोलियां करन दा बीहां भर दिया यार ते मैं तन दादा ओ बेचारा अखियां लगा था क्या लिया क्या लिया चल हुन पे ही चल हुन और यार घंटा हो गया इन्ने नाल अगर खबरे भी बढ़िया करदा को पता है कितों करदे खबरे ओ तेरी गल सही है पर मैं दस करा पहले आखा चाह बना लियो मैं फिर होर ही कोई बुढ़िया ओना गल्ला मारेगी हैं फिर मैं आ काम करना वो करना मसा आ बना के लेंदे मैं चाह चल ओ तो ठीक है हां हां पेट्रोल आना जावे मंगी दी बोकी भरदी मन के चला ट्रैक्टर ट्रैक्टर ही नहीं मारी पंप दो बजे आ जाएंगे फिर मोटरसाइकिल मैं तुर के जाता जा लेना मैं लेके दिखाऊ तू जा।
ਕਿਤਾ ਨਾਟਕੇ ਨਾਲ ਲੈ ਕੇ ਉੱਤੋਂ ਰੋ ਮਾਰਦੇ ਆ ਤਾਂ ਬੁੜਾ ਕਾਮਣਾ ਸੀ ਜਿਹੜੇ ਨੇ ਦੇਤਾ ਮੈਂ ਹੁੰਦਾ ਤੁਹਾਡੇ ਤਾਂ ਨਾਵਾਂ ਕਰ ਆਇਆ ਮੈਨੂੰ ਚਾਹੀ ਬਰਿਆਲਗੇ ਕਿਤੇ ਆਸੇ ਤੋਂ ਨਾ ਜਾਈਏ ਕੰਡੇ ਬੀਚ ਤੇ ਚੱਲ ਮੁੜ ਕੇ ਜੇ ਆਸਾ ਮਿਲ ਗਿਆ ਆਹ ਲਾਈ ਆਪਾਂ ਕੰਨ ਨੂੰ ਹੱਥ ਕਿਸੇ ਕੋਲੇ ਹਵਾ ਨਹੀਂ ਕਰਦੇ ਬਾਪੂ ਉਹ ਬਸ ਥੋੜਾ ਜਿਹਾ ਰਹਿੰਦਾ ਕਿਵੇਂ ਆ ਠੀਕ ਆ ਚਾਹ ਤੂੰ ਨਹੀਂ ਲਿਆ मैं घरों जाऊंगा जा मेनू ट्रैक्टर लिया दे बस ट्रैक्टर वापस लवांगे तू मैनू पता भी ट्रैक्टर मैनू लिया के नहीं दिंदा मैनू उन्हां दे कोले जाना पऊगा रेहड़ी फोटोवां करन वास्ते होंदियां तू नहीं कर लिया मेरी गल सुन ला एक हां पैसे भी मैं 10,000 वध ले ला हां पर मैं ट्रैक्टर लेके जाना चाबी किथे आ ਚਾਬੀ ਕਿੱਥੇ ਡਾਕਟਰ ਦੀ ਅੱਛਾ ਚਾਬੀ ਨਵਾਂ ਤੈਨੂੰ ਬੜਾ ਸਿਆਣਾ ਲੱਗਿਆ 2,00,000 ਰੁਪਏ 2,00,000 ਤੂੰ 10,000 ਵੱਧ ਲੈ ਲਈ ਪਰ ਮੇਰਾ ਟਰੈਕਟਰ ਦੇ ਦੋ ਟਰੈਕਟਰ ਨਹੀਂ ਮਿਲਦਾ ਵੀ ਟਰੈਕਟਰ ਟਰੈਕਟਰ ਮੈਂ ਲਿਆਉਂਗਾ ਉਹ ਤਾਂ ਕਹਿੰਦਾ ਮੇਰੇ ਕੋਲ 9,11 ਆਗਾ ਬੋਗਾ ਤੁਸੀਂ ਬੁੜੇ ਨੂੰ ਉਂਗਲ ਲਾ ਕੇ ਟਰੈਕਟਰ ਲੈ ਗਏ ਤੇਰੇ ਘਰੋਂ ਟਰੈਕਟਰ ਦੇ ਸਾਹਮਣੇ ਟਰੈਕਟਰ ਲੈ ਗਿਆ ਬਾਈ ਤੇਰੇ ਸਾਹਮਣੇ ਟਰੈਕਟਰ ਮੇਰੇ ਨਾਂ ਹੈ ਤੁਸੀਂ ਫਸੋਗੇ ਓ ਯਾਰ ਤੂੰ ਤੁਹਾਨੂੰ ਪੈਸੇ ਨਹੀਂ ਦਿੰਦੇ ਹੋ ਗਿਆ ਪਾਗਲ ਦੋਏ ਤੂੰ ਹੀ ਲੈ ਜਾ ਕੇ ਮੇਰੀ ਗੱਲ ਸੁਣ ਲੈ ਤੁਹਾਨੂੰ ਪੈਸੇ ਵੀ ਨਹੀਂ ਮਿਲਣੇ ਟਰੈਕਟਰ ਮੈਂ ਲੈ ਕੇ ਜਾਵਾਂ ਐ ਜਮਾ ਨਾਟ ਦੀ ਅੱਜ ਨਾ ਭਾਈ ਤੇ ਬਾਹਲਾ ਤੇਰੇ ਕਿਹੜਾ ਪੰਚਾਇਤ ਤੇ ਗੱਲ ਕਰ ਲਾ ਥੋੜਾ ਮੈਂ ਆ ਕਿੱਥੇ ਖੜਾ ਹੋਏ ਮੋਟਿਆਂ ਜਾ ਕਿਹੜਾ ਆਇਆ ਇਹਦੇ ਕੋਲੇ ਚੱਲ ਦੇਖਦਾ ਜਾ ਕੇ ਗੱਲਾਂ ਮਾਰੀ ਜਾਂਦੇ ਹੁਣ ਗਿਆ ਨਹੀਂ ਵੀ ਨੀਰਨ ਨੂੰ ਵੱਢ ਲਈ ਗੱਲ ਸੁਣ ਲੈ ਮੇਰੀ ਟਰੈਕਟਰ ਮੈਂ ਲੈ ਕੇ ਜਾਵਾਂ ਕੀ ਹੋ ਰਿਹਾ ਉਧਰ ਗੱਲ ਸੁਣ ਲੈ ਮੇਰੀ ਟਰੈਕਟਰ ਮੈਂ ਲੈ ਕੇ ਜਾਵਾਂ ਮੇਰਾ ਮਤਲਬ ਇਹ ਕਿ 2,00,000 ਦਿੱਤਾ ਜੀ ਜਿੰਨੇ ਮਰਜ਼ੀ ਦਿੱਤੇ ਹੁਣ 10,000 ਵੱਧ ਲੈ ਲਓ ਪਰ ਟਰੈਕਟਰ ਮੈਂ ਲੈ ਕੇ ਜਾਊਂਗਾ 10,000 ਕਿਵੇਂ ਵੱਧ ਲੈ ਲਓ 8,000 ਦਾ ਟਿੱਕਰ ਲਾਤਾ ਸੀ ਉੱਤੇ ਫੇਰ ਕਿਵੇਂ 10,000 ਦਾ ਟਿੱਕਰ ਵੀ ਪਹਿਲਾਂ ਟਿੱਕਰ ਦਾ ਲਾਇਆ ਟਰੈਕਟਰ ਮੈਂ ਲੈ ਕੇ ਆਉਂਗਾ ਆ ਲੈ ਕੇ ਜਾਊਗਾ ਟਰੈਕਟਰ ਜਾ ਆ ਰਹੇ ਹੋਗਾ ਪਾਗਲ ਮੇਰੇ ਤੇ ਉਹਨਾਂ ਕਰ ਗੱਲ ਸਾਡੇ ਨਾਲ ਲੜਨ ਦੀ ਕੋਈ ਲੋੜ ਨਹੀਂ ਅੱਗੇ ਬੜਿਆ ਉਹਦਾ ਘਰੇ ਨਹੀਂ ਬੜਿਆ ਜਿੱਦੇ ਦਾ ਟਰੈਕਟਰ ਵਿੱਚ ਹੈ ਨਾ ਬੜਿਆ ਸੀ ਕਿੰਨੀ ਲੈਣੀ ਆ ਤੂੰ ਯਾਰ ਟਰੈਕਟਰ ਮੇਰੇ ਨਾਲ ਮੈਂ ਤੁਹਾਨੂੰ ਦੱਸਦਾ ਟਰੈਕਟਰ ਲੈ ਲੂਗਾ ਉਹਨਾਂ ਗੱਲ ਬਾਤ ਕਰ ਫੇਰ ਸਾਡੇ ਕੋਲੇ ਆਈ ਰੱਖਿਆ ਉਹ 2,00,000 ਰੁਪਇਆ ਤੈਨੂੰ ਘਰੇ ਦੇਣ ਨਹੀਂ ਗਿਆ ਸੀ ਮੈਂ ਜਾ ਟਰੈਕਟਰ ਦੇ ਨਾਂ ਅਸੀਂ ਪੈਸੇ ਲਈਏ ਟਰੈਕਟਰ ਮੈਂ ਲੈ ਕੇ ਜਾਊਂਗਾ ਨਾ ਨਗਰਾਂ ਮੈਂ ਤੈਨੂੰ ਦੱਸਦਾ ਜੋ ਕੁਝ ਮਰਜ਼ੀ ਕਰ ਲਓ ਹੁਣ ਅਸੀਂ ਰੁਪਈਏ ਵੀ ਨਹੀਂ ਦਿੰਦੇ ਐਫਟੀ ਡੇਟ ਤੇਰੇ ਪਿਓ ਨੇ ਸਾਨੂੰ ਦੇਤਾ ਸਾਨੂੰ ਹੁਣ ਲੋੜ ਦਾ ਕੀ ਜਮੀ ਨਾ ਤਾਂ ਨਹੀਂ ਟਰੈਕਟਰ ਮੇਰੇ ਨਾਲ ਹੈ ਤੂੰ ਲੰਗ ਜੋ ਚਾ ਠੀਕ ਆ ਫਿਰ ਮੈਂ ਜਾਣਾ ਟਰੈਕਟਰ ਮੈਂ ਲੈ ਕੇ ਜਾਊਂ ਥੋੜ ਤੋਂ ਓ ਜਾ ਯਾਰ ਕੋ ਪਾਗਲ ਮੈਂ ਤਾਂ ਤੈਨੂੰ ਆਇਆ ਨਾ ਰੋਜ਼ ਕਲੇਸ਼ ਨਾ
ਜਿਹੜਾ 10-15 ਹਜ਼ਾਰ ਨਫਾ ਲੈਂਦੇ ਨਾ ਵਧੀਆ ਆਪਾਂ ਦੇ ਕੇ ਪਰੇ ਕਰ ਹੋਰ ਯਾਰ ਐਵੇਂ ਬਾਪੂ ਯਾਰ ਮੈਂ ਸਾਰੇ ਪਿੰਡ ਤੇ ਲੱਡੂ ਵੰਡੀ ਬੈਠਾ ਗਾ ਓਏ ਮੈਂ ਤੈਨੂੰ ਦੱਸਦਾ ਆ ਟਰੈਕਟਰ ਪਿੱਛੇ ਨਾ ਜੇਲ ਨਾ ਜਾਣਾ ਪੈ ਜੇ ਕਿਤੇ ਓ ਯਾਰ ਐਵੇਂ ਯਾਰ ਉਹ ਦਿਮਾਗ 'ਚ ਫਰਕ ਆਉਂਦੇ ਪੰਜਾਬ ਜੇ ਮੈਂ ਮੌਕੇ ਤੇ ਨਾ ਆਉਂਦਾ ਜਦੋਂ ਤੂੰ ਮਾਰ ਦਿੰਦਾ ਉਹਨੂੰ ਜਾਂ ਉਹ ਮਾਰਦਾ ਮੇਰੇ ਇੱਕ ਪਾਸਾ ਹੋ ਹੀ ਜਾਂਦਾ ਮੇਰਾ ਐਂ ਉਹਨਾਂ ਚੱਲੀ ਜਾਂਦਾ ਕੰਮ ਇਹਦਾ ਪਿੱਛੇ ਰਹਿ ਤੂੰ ਸਾਰਾ ਕੁਝ ਜੇਲ ਦੀਆਂ ਖਾਣੀਆਂ ਪਹਿਣਗੀਆਂ ਦਾਦਾ ਤੇਰੀ ਮਰਜ਼ੀ ਹੈ ਯਾਰ ਜੋ ਮੈਨੂੰ ਕੁਝ ਮਰਜ਼ੀ ਕਰ ਮੇਰੇ ਕੰਨੀਆਂ ਦਾ ਯਾਰ ਕੁਛ ਨਹੀਂ ਹੁੰਦਾ ਦੇਖੀ ਜਾਊਗੀ ਤੇ ਚੱਲ ਪੈਣਾ ਯਾਰ ਗੋੜੀ ਕਰੀ ਰੱਬ ਨੇ ਵਧੇ ਛੱਡਤਾ ਓਏ ਰੱਬਾ ਆ ਜਾਂਦੇ ਚਾਰ ਮਨ ਦਾਣੇ ਜੱਟਾਂ ਦੇ ਆ ਜਾਂਦੇ ਕਿਉਂ ਬੈਰੀ ਬਣਿਆ ਕਿਉਂ ਮੇਰ ਛੱਡਿਆ ਅੱਖਾਂ ਭੰਨਦੀ ਹੈ ਸਮਝਦਾ 10 ਮਿੰਟ ਯਾਰ ਤੈਨੂੰ ਯਾਦ ਕਰੀ ਜਾਂਦਾ ਸੀਗਾ ₹2,00,000 ਅੱਜ ਮੈਂ ਉਹਨੂੰ ਦੇਣ ਗਿਆ ਜਦੋਂ ਪੈਸੇ ਓਹਦਾ ਸੋਰ ਜਾਣਾ ਮੈਂ ਤਾਂ ਬਚ ਲੈਂਦੇ ਨੀ ਪਿਓ ਕੋਲ ਜਾਣਾ ਸੀਗਾ ਉਹ ਯਾਰ ਉਹ ਠੀ ਨੀ ਕਰੇ ਠੀਕ ਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੇਰਾ ਪਿਓ ਉਹ ਤਾਂ ਕਹਿੰਦਾ ਉਹਦੇ ਆਇਆ ਨੀ ਕਹਿੰਦਾ ਜਿੱਦੇ ਦਾ ਤੂੰ ਟਰੈਕਟਰ ਲਗਾਇਆ ਉਹ ਤਾਂ ਕਹਿੰਦਾ ਘਰੇ ਨੀ ਬੜਿਆ ਉਹ ਤਾਂ ਮੈਂ ਵੀ ਦੇਖਿਆ ਸੀਗਾ ਉੱਥੇ ਕੋਠੇ ਕੋਲ ਖੇਤ ਹੀ ਰਹਿੰਦਾ ਹੋਣ ਚੱਲ ਯਾਰ ਆਪਾਂ ਕੀ ਲੈਣਾ ਅਗਲੇ ਜਦੋਂ ਯਾਰ ਘਰ ਦਾ ਤੇ ਉਹਦਾ ਕੀ ਹੋ ਗਿਆ ਜਦੋਂ ਅਗਲਾ ਖੇਤ ਚ ਰਹਿੰਦਾ ਆਪਦੇ ਜਾਂ ਤਾਂ ਕਿਤੇ ਹੋਰ ਭੱਜ ਗਿਆ ਫਿਰ ਤਾਂ ਪਾ ਦਈਏ ਰਹਿੰਦਾ ਤਾਂ ਆਪਦੇ ਖੇਤ ਹੀ ਹੈ ਖੇਤ ਹੀ ਰਹਿੰਦਾ ਤੇ ਉਹਨੂੰ 2 ਲੱਖ ਦੀ ਗੱਲ ਹੋ ਗਈ ਉਹ ਸਾਡੇ ਵਾਲੇ ਵਾਲੇ ਨਾਲ ਆ ਕੇ ਤੇ ਲੜ ਪਿਆ ਕੋਠੇ ਚ ਮੈਂ ਨਾ ਉਹਦਾ ਪਤਾ ਨੀ ਕੀ ਹੁੰਦਾ ਠੀਕ ਆ ਤੇਰੇ ਮੁੰਡੇ ਨਾਲ ਹਾਂ ਜਦੋਂ ਯਾਰ ਗੱਲ ਹੀ ਹੋ ਗਈ ਸਾਈ ਹੋ ਗਈ ਐਕਟੀਵੇਟਰ ਨੇ ਦੇਤਾ ਤੈਨੂੰ ਠੀਕ ਹੈ ਤੇ ਹੁਣ ਉਹ ਲੜਦਾ ਹੈ ਮੈਂ ਤਾਂ ਤੈਨੂੰ ਆਉਣੀ ਜੀ ਤਲਾ ਠੀਕ ਆ ਜੇ ਕੋਈ ਨਫਾ ਨੁਕਸਾਨ ਹੁੰਦਾ ਤਾੜੀਆ ਉਹ ਜ਼ਿੰਮੇਵਾਰ ਹੋਣਗੇ ਤੈਨੂੰ ਤਲਾ ਲਾਤੀ ਤੇ ਅੱਗੇ ਤੂੰ ਉਹਨੂੰ ਤਲਾ ਲਾ ਗਈ ਚੱਲ ਮੈਂ ਉਹਦੇ ਨਾਲ ਗੱਲ ਕਰ ਲੂੰ ਉਹਦੇ ਪਿਓ ਨਾਲ ਗੱਲ ਕਰ ਲੂੰ ਹਾਂ ਤੇ ਬਾਕੀ ਮੁੰਡੇ ਨੂੰ ਸਮਝਾ ਲਾਂਗੇ ਵੀ ਇਹ ਕੰਮਾਂ 'ਚ ਕੁਛ ਰਹਿਣਾ ਨਹੀਂ ਠੀਕ ਆ ਨਾ ਬਾਕੀ ਬਾਕੀ ਤੂੰ ਵੀ ਤੇਰੇ ਮੁੰਡੇ ਨੂੰ ਸਮਝਾ ਲਈ ਅੱਜ ਕੱਲ੍ਹ ਜਵਾਕਾਂ ਤੈਨੂੰ ਪਤਾ ਹੀ ਆ ਯਾਰ ਦੋਸਤਾਂ ਸੱਦ ਲੈਂਦੇ ਨੇ ਕੋਈ ਮੈਂ ਕੋਈ ਲੜਾਈ ਬੜੀ ਕਰਿਆ ਉਹਨਾਂ ਦਾ ਠੀਕ ਹੈ ਮੈਂ ਤਾਂ ਦਾਦਾ ਸਾਡੇ ਵਾਲੀ ਦੀ ਗਲਤੀ ਹੈ ਨਹੀਂ ਯਾਰ ਸਾਡੇ ਖੇਤ ਆਇਆ ਟਰੈਕਟਰ ਲਿਆ ਤਾਂ ਸੀ ਲੈ ਆ ਟਰੈਕਟਰ ਦੇ ਗਲਤੀ ਦਾ ਹੁਣ ਗੱਲ ਸੁਣ ਗਲਤੀ ਤਾਂ ਹੁਣ ਕਿਸੇ ਦੀ ਨਹੀਂ ਇਹਦੇ ਵਿੱਚ ਹੁਣ ਉਹਨਾਂ ਦਾ ਕਿ 10,000 ਨਫਾ ਲੈ ਲਓ ਪਰ 10,000 ਤਾਂ ਅਸੀਂ ਡਿੱਕ ਲਵਾਤਾ 7-8,000 ਰੁਪਇਆ ਲੱਗ ਗਿਆ ਚੱਲ ਉਹ ਤਾਂ ਬਾਕੀ ਸਾਰੀਆਂ ਜਿਹੜੀਆਂ ਲਵੜਾ ਰੋਬਣਾ ਆਪਣੇ ਚੀਨਾ ਥੂਲਾ ਤੇਲ ਬਦਲਤਾ ਸੀ ਠੀਕ ਆ 15-16,000 ਤਾਂ ਜੀ ਉੱਤੇ ਲਾਤਾ ਠੀਕ ਆ ਇਹਨੂੰ ਐਂ 10,000 ਲੈ ਕੇ ਤੇ ਮੈਂ ਲੈ ਜਾ ਚੱਲ ਫਿਰ ਆਪਾਂ ਫਿਰ ਐਂ ਕਰਦੇ ਆ ਜਾਂ ਤਾਂ ਕੱਲ ਨੂੰ ਪੰਚਾਇਤ ਰੱਖ ਲੈਂਦੇ ਆ ਆ ਉਹ ਤਾਂ ਤੂੰ ਕੁਝ ਮਰਜ਼ੀ ਕਹਿ ਯਾਰ ਤੂੰ ਉਹੀ ਕਹਿ ਉਹਨੂੰ ਪੰਚਾ ਵੇਖੇ ਇੱਕ ਗੱਲ ਤਾਂ ਹੁੰਦੀ ਐ 20,000 ਰੁਪਏ ਆ ਦੇਵੇ ਰੁਪਏ ਮੈਂ ਉਹਦੇ ਘਰੇ ਦੇਣ ਗਿਆ ਸੀ ਠੀਕ ਆ ਠੀਕ ਆ ਤੇ ਉਹਨੂੰ ਸੁਨੇਹਾ ਲਾ ਦੀ ਮੇਰਾ ਵੀ ਭਾਈ ਸਾਡੇ ਕੇਸ ਬਣਨ ਦੀ ਲੋੜ ਨਹੀਂ ਰੁਪਏ ਅਸੀਂ ਤੈਨੂੰ ਬੜਾ ਦੇਣ ਨੂੰ ਦੇ ਦੀ ਬਸ ਗੱਲ ਮੁੱਕੀ ਚੱਲ ਕੋਈ ਨਾ ਫਿਰ 15 ਮੈਂ ਜਾਣਾ ਫਿਰ ਉਹਦੇ ਕੋਲ ਗੱਲ ਕਰਦਾ ਹਾਂ ਉਹਦੇ ਪਿਓ ਨਾਲ ਕਰੀ ਗੱਲ ਠੀਕ ਆ ਠੀਕ ਆ ਹਾਂ ਚੱਲ ਆਈ ਵਧੀਆ ਹੋ ਗਿਆ ਤੇ ਘਰੇ ਜਾਣਾ ਪੈਂਦਾ ਸਰਪੰਚ ਦੇ ਖੇਤ ਕਤਰ ਗਿਆ ਬਾਹਰ ਦੇ ਟਰੈਕਟਰ ਉਹਨਾਂ ਨੂੰ ਆਏ ਗਿਆ ਹੀ ਲੈ ਜਾਣੇ ਦਬਕਾ ਮਾਰ ਕੇ।